ਅੱਗ ਬਚਾਉਣ ਦੇ ਲਈ 20 ਤੋਂ 25 ਗੱਡੀਆਂ ਆ ਚੁੱਕੀਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਧੂੰਏ ਦੇ ਨਾਲ ਅਸਮਾਨ ਪੂਰਾ ਕਾਲਾ ਹੋ ਚੁੱਕਿਆ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਦੇ ਵਿੱਚ ਭਗਦੜ ਮੱਚ ਗਈ। ਸੂਚਨਾ ਮਿਲਣ ਅਨੁਸਾਰ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀਆਂ ਨੇ, NDRF ਦੀਆਂ ਟੀਮਾਂ ਵੀ ਪਹੁੰਚੀਆਂ ਨੇ, ਮੌਕੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੇ ਨਜ਼ਦੀਕ ਇਲੈਕਟ੍ਰੀਕਲ ਸ਼ੋਰੂਮ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੇ ਦੌਰਾਨ ਇਲਾਕੇ ਦੇ ਵਿੱਚ ਬਾਜ਼ਾਰ ਦੇ ਵਿੱਚ ਭਗਤੜ ਵਾਲਾ ਮਾਹੌਲ ਬਣ ਗਿਆ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਥਿਤੀ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕੀਤਾ ਕਿ ਕਾਫੀ ਸਮਾਨ ਇਸ ਅੱਗ ਦੀ ਚਪੇਟ ਦੇ ਵਿੱਚ ਆ ਕੇ ਸੜ ਕੇ ਸੁਆਹ ਹੋ ਚੁੱਕਾ। ਫਾਇਰ ਬ੍ਰਿਗੇਡ ਅਫਸਰ ਨੇ ਫਾਇਰ ਸੇਫਟੀ ਇਕਵਿਪਮੈਂਟ ਨਾ ਹੋਣ ਦੇ ਚਲਦਿਆਂ ਨੋਟਿਸ ਜਾਰੀ ਕਰਨ ਦਾ ਹਵਾਲਾ ਦਿੱਤਾ। ਉੱਥੇ ਹੀ ਆਸ ਪਾਸ ਦੇ ਦੁਕਾਨਦਾਰਾਂ ਦੇ ਵੱਲੋਂ ਵੀ ਰੋਸ ਜਤਾਇਆ ਗਿਆ। ਇੱਕ ਵਾਰ ਤਸਵੀਰਾਂ ਦਾ ਰੁਖ ਕਰਦੇ ਹਾਂ ਕਿ ਸਥਿਤੀ ਇਸ ਵਕਤ ਕਿਹੋ ਜਿਹੀ ਬਣੀ ਹੋਈ ਹੈ। ਕੀ ਨਾਮ ਹੈ ਤੁਹਾਡਾ? ਪ੍ਰਮੋਦ ਕੁਮਾਰ, ਸਬ ਅਫਸਰ ਬਠਿੰਡਾ ਜੀ। ਇਹ ਅੱਗ ਜਿਹੜੀ ਮਤਲਬ ਵੀ ਸਾਨੂੰ 2 ਵਜੇ ਸੂਚਨਾ ਮਿਲੀ ਸੀ, ਮਤਲਬ ਵੀ ਬੀਬੀ ਵਾਲਾ ਰੋਡ ਤੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਅੱਗ ਲੱਗੀ ਹੈ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਟਰ ਬਿਲਕੁਲ ਲਾਲ ਹੋ ਚੁੱਕੇ ਸੀਗੇ ਤੇ ਮਤਲਬ ਅੱਗ ਪਹਿਲਾਂ ਹੀ ਲੱਗੀ ਹੋਈ ਸੀਗੀ। ਤੇ ਮਤਲਬ ਸਾਨੂੰ ਜਿਹੜੇ ਮੌਕੇ ਤੇ 14 ਗੱਡੀਆਂ ਲੱਗੀਆਂ ਵੀ ਆ ਕੰਮ ਤੇ, ਵਾਰੀ ਵਾਰੀ ਗੱਡੀਆਂ ਭਰ ਕੇ ਪਾਣੀ ਨੇ ਇੱਥੇ ਆ ਰਹੀਆਂ। ਕਿੰਨੀਆਂ ਗੱਡੀਆਂ ਹੁਣ ਤੱਕ ਆ ਚੁੱਕੀਆਂ? ਗੱਡੀ 50 ਤੋਂ 60 ਗੱਡੀਆਂ ਮਤਲਬ ਪਾਣੀ ਨੇ ਪਾ ਚੁੱਕੇ ਸੀ। ਨਹੀਂ, ਫਾਇਰ ਸੇਫਟੀ ਦਾ ਕੋਈ ਪ੍ਰਬੰਧ ਨਹੀਂ। ਗਰਾਊਂਡ ਪਲੱਸ 2 ਬਿਲਡਿੰਗ ਹੈ ਇਹਨਾਂ ਦੀ। ਨਾਲ ਦੀ ਦੁਕਾਨਾਂ ਤੇ ਵੀ ਨੁਕਸਾਨ ਹੋਇਆ? ਦੁਕਾਨ ਦੇ ਤਰੇੜਾਂ ਆਈਆਂ, ਨਾਲ ਦੀ ਦੁਕਾਨਾਂ ਦੇ ਤਰੇੜਾਂ ਆਈਆਂ। ਇਹ ਹਜੇ ਇਹਨਾਂ ਨੇ ਦੱਸਿਆ ਨਹੀਂ ਸਰ। ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ? ਇਹਨਾਂ ਨੂੰ ਮਤਲਬ ਵੀ ਪਹਿਲਾਂ ਨੋਟਿਸ ਦੇ ਕੇ ਇਹਨਾਂ ਨੂੰ ਪ੍ਰਬੰਧ ਕਰਾਏ ਜਾਣਗੇ ਇਹਨਾਂ ਦੇ ਫਾਇਰ ਸੇਫਟੀ ਦੇ। ਕਿੰਨੀ ਕੁ ਟੀਮਾਂ ਲੱਗੀਆਂ ਜੇ ਗੱਲ ਕੀਤੀ NDRF ਦੀ ਟੀਮ? NDRF ਤੇ ICOs ਤਕਰੀਬਨ ਲੇਟ 6 ਵਜੇ ਆਈ ਹੈ ਸਾਡੇ ਕੋਲੇ ਤੇ ਸਾਡੀਆਂ ਪਹਿਲਾਂ ਇਹਦੇ ਜਿਹੜੇ ਵੀ ਫਾਇਰ ਸੇਫਟੀ ਦੇ ਪ੍ਰਬੰਧ ਕਰਵਾ ਕੇ 15 ਦਿਨਾਂ ਦਾ ਇਹਨਾਂ ਨੂੰ ਨੋਟਿਸ ਦਿੱਤਾ ਜਾਊਗਾ ਵੀ 15 ਦਿਨਾਂ ਦੇ ਅੰਦਰ ਇਹ ਪ੍ਰਬੰਧ ਕਰਵਾ ਲਓ। ਕੋਈ ਪ੍ਰਬੰਧ ਨਹੀਂ ਸਰ ਇਹਨਾਂ ਦਾ। ਵੱਡੇ ਸ਼ੋਰੂਮ ਨੂੰ ਭਿਆਨਕ ਅੱਗ ਲੱਗ ਗਈ। ਹੁਣ ਤੱਕ ਅੱਗ ਬਚਾਉਣ ਦੇ ਲਈ 20 ਤੋਂ 25 ਗੱਡੀਆਂ ਆ ਚੁੱਕੀਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਧੂੰਏ ਦੇ ਨਾਲ ਅਸਮਾਨ ਪੂਰਾ ਕਾਲਾ ਹੋ ਚੁੱਕਿਆ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਦੇ ਵਿੱਚ ਭਗਦੜ ਮੱਚ ਗਈ। ਸੂਚਨਾ ਮਿਲਣ ਅਨੁਸਾਰ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀਆਂ ਨੇ, NDRF ਦੀਆਂ ਟੀਮਾਂ ਵੀ ਪਹੁੰਚੀਆਂ ਨੇ, ਮੌਕੇ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੇ ਨਜ਼ਦੀਕ ਇਲੈਕਟ੍ਰੀਕਲ ਸ਼ੋਰੂਮ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੇ ਦੌਰਾਨ ਇਲਾਕੇ ਦੇ ਵਿੱਚ ਬਾਜ਼ਾਰ ਦੇ ਵਿੱਚ ਭਗਤੜ ਵਾਲਾ ਮਾਹੌਲ ਬਣ ਗਿਆ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਸਥਿਤੀ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕੀਤਾ ਕਿ ਕਾਫੀ ਸਮਾਨ ਇਸ ਅੱਗ ਦੀ ਚਪੇਟ ਦੇ ਵਿੱਚ ਆ ਕੇ ਸੜ ਕੇ ਸੁਆਹ ਹੋ ਚੁੱਕਾ। ਫਾਇਰ ਬ੍ਰਿਗੇਡ ਅਫਸਰ ਨੇ ਫਾਇਰ ਸੇਫਟੀ ਇਕਵਿਪਮੈਂਟ ਨਾ ਹੋਣ ਦੇ ਚਲਦਿਆਂ ਨੋਟਿਸ ਜਾਰੀ ਕਰਨ ਦਾ ਹਵਾਲਾ ਦਿੱਤਾ। ਉੱਥੇ ਹੀ ਆਸ ਪਾਸ ਦੇ ਦੁਕਾਨਦਾਰਾਂ ਦੇ ਵੱਲੋਂ ਵੀ ਰੋਸ ਜਤਾਇਆ ਗਿਆ। ਇੱਕ ਵਾਰ ਤਸਵੀਰਾਂ ਦਾ ਰੁਖ ਕਰਦੇ ਹਾਂ ਕਿ ਸਥਿਤੀ ਇਸ ਵਕਤ ਕਿਹੋ ਜਿਹੀ ਬਣੀ ਹੋਈ ਹੈ। ਕੀ ਨਾਮ ਹੈ ਤੁਹਾਡਾ? ਪ੍ਰਮੋਦ ਕੁਮਾਰ, ਸਬ ਅਫਸਰ ਬਠਿੰਡਾ ਜੀ। ਇਹ ਅੱਗ ਜਿਹੜੀ ਮਤਲਬ ਵੀ ਸਾਨੂੰ 2 ਵਜੇ ਸੂਚਨਾ ਮਿਲੀ ਸੀ, ਮਤਲਬ ਵੀ ਬੀਬੀ ਵਾਲਾ ਰੋਡ ਤੇ ਇਲੈਕਟ੍ਰੀਕਲ ਦੀ ਦੁਕਾਨ ਨੂੰ ਅੱਗ ਲੱਗੀ ਹੈ। ਜਦੋਂ ਅਸੀਂ ਇੱਥੇ ਪਹੁੰਚੇ ਤਾਂ ਸ਼ਟਰ ਬਿਲਕੁਲ ਲਾਲ ਹੋ ਚੁੱਕੇ ਸੀਗੇ ਤੇ ਮਤਲਬ ਅੱਗ ਪਹਿਲਾਂ ਹੀ ਲੱਗੀ ਹੋਈ ਸੀਗੀ। ਤੇ ਮਤਲਬ ਸਾਨੂੰ ਜਿਹੜੇ ਮੌਕੇ ਤੇ 14 ਗੱਡੀਆਂ ਲੱਗੀਆਂ ਵੀ ਆ ਕੰਮ ਤੇ,
ਵਾਰੀ ਵਾਰੀ ਗੱਡੀਆਂ ਭਰ ਕੇ ਪਾਣੀ ਦੇ ਇੱਥੇ ਆ ਰਹੀਆਂ। ਕਿੰਨੀਆਂ ਗੱਡੀਆਂ ਹੁਣ ਤੱਕ ਆ ਚੁੱਕੀਆਂ? 50 ਤੋਂ 60 ਗੱਡੀਆਂ ਮਤਲਬ ਪਾਣੀ ਨੇ ਪਾ ਚੁੱਕੀਆਂ ਸੀ। ਨੋਟਿਸ ਦੇ ਕੇ ਪ੍ਰਬੰਧ ਕਰਾਏ ਜਾਣਗੇ ਇਹਨਾਂ ਦੇ ਫਾਇਰ ਸੇਫਟੀ ਦੇ। ਕਿੰਨੀ ਕਿ ਟੀਮਾਂ ਲੱਗੀਆਂ ਜੇ ਗੱਲ ਕੀਤੀ ਐਨਡੀਆਰਐਫ ਦੀ ਟੀਮ? ਐਨਡੀਆਰਐਫ ਤੇ ਆਈ ਸੀ ਉਸ ਤਕਰੀਬਨ ਲੇਟ 6 ਵਜੇ ਆਈ ਹੈ ਸਾਡੇ ਕੋਲੇ ਤੇ ਸਾਡੀਆਂ ਪਹਿਲਾਂ ਗੱਡੀਆਂ ਆ ਚੁੱਕੀਆਂ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਧੂੰਏ ਦੇ ਨਾਲ ਅਸਮਾਨ ਪੂਰਾ ਕਾਲਾ ਹੋ ਚੁੱਕਿਆ। ਅੱਗ ਦੀਆਂ ਲਪਟਾਂ ਦੇਖ ਕੇ ਲੋਕਾਂ ਦੇ ਵਿੱਚ ਭਗਦੜ ਮੱਚ ਗਈ। ਸੂਚਨਾ ਮਿਲਣ ਅਨੁਸਾਰ